Like the video, subscribe to the channel and press the bell icon for latest video update. ਦਰਸ਼ਕੋ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ 1 ਦਸੰਬਰ ਤੋਂ ਫਾਸਟ ਟੈਗ ਦੀ ਫੈਸਿਲਿਟੀ ਹੋਣਾ ਜ਼ਰੂਰੀ ਹੋ ਗਿਆ ਹੈਗਾ। ਸੋ ਜੇ ਤੁਸੀਂ ਇਹ ਫੈਸਿਲਿਟੀ ਨਹੀਂ ਲਈ ਹੈਗੀ ਤਾਂ ਕਿਸੇ ਆਥੋਰਾਈਜ਼ਡ ਡੀਲਰ ਤੋਂ ਲਵਾ ਲਓ। ਜਿਨ੍ਹਾਂ ਕੋਲ ਫਾਸਟ ਟੈਗ ਨਹੀਂ ਹੈਗਾ ਉਹਨਾਂ ਨੂੰ ਕਿਸੇ ਵੀ ਟੋਲ ਪਲਾਜ਼ਾ 'ਤੇ ਡਬਲ ਪੇਮੈਂਟ ਦੇ ਕੇ ਲੰਘਣਾ ਪਿਆ ਕਰੇਗਾ। ਇਹ ਜਿਹੜੀ ਨਿਊਜ਼ ਹੈਗੀ ਆ, ਕੇਂਦਰ ਸਰਕਾਰ ਨੇ ਸਭੀ ਟੋਲ ਪਲਾਜ਼ਾ ਪਰ 1 ਦਸੰਬਰ ਸੇ ਫਾਸਟ ਟੈਗ ਅਨਿਵਾਰੀ ਕਰ ਦਿਆ। ਜਦ ਕਿਸੀ ਟੋਲ ਪਰ ਸਕੈਨਰ ਮੇ ਕੋਈ ਖਰਾਬੀ ਆ ਔਰ ਫਾਸਟ ਟੈਗ ਸਕੈਨ ਨਹੀਂ ਕਰ ਰਹਾ ਤੋ ਵਾਹਨ ਚਾਲਕ ਕੀ ਕੋਈ ਪੈਸਾ ਚੁਕਾਨਾ ਨਹੀਂ ਹੋਗਾ, ਵੋ ਫਰੀ ਮੇ ਟੋਲ ਸੇ ਗੁਜ਼ਰ ਜਾਏਗਾ। ਨੈਸ਼ਨਲ ਹਾਈਵੇ ਅਥਾਰਟੀ ਕੇ ਸੀਨੀਅਰ ਅਫਸਰ ਨੇ ਬਤਾਇਆ ਕਿ ਕਿਸੀ ਟੋਲ ਪਲਾਜ਼ਾ ਪਰ ਸਕੈਨਰ ਮੇ ਕੋਈ ਖਰਾਬੀ ਆ ਸਕਤੀ ਹੈ ਤੋ ਵੇ ਆਪਕਾ ਫਾਸਟ ਟੈਗ ਸਕੈਨ ਨਹੀਂ ਕਰ ਪਾ ਰਹਾ ਹੈ ਤੋ ਇਸਕੇ ਲੀਏ ਵਾਹਨ ਚਾਲਕ ਜ਼ਿੰਮੇਵਾਰ ਨਹੀਂ ਹੋਗਾ। ਇਸ ਸਥਿਤੀ ਮੇ ਚਾਲਕ ਕੋ ਕੋਈ ਪੈਸਾ ਨਹੀਂ ਚੁਕਾਨਾ ਹੋਗਾ, ਵੇ ਫਰੀ ਮੇ ਟੋਲ ਸੇ ਗੁਜ਼ਰ ਜਾਏਗਾ। ਇਹ ਫਾਸਟ ਟੈਗ ਬਾਰੇ ਹੋਰ ਜਾਣਕਾਰੀ ਦੇਣ ਲਈ ਜੋ ਆਥੋਰਾਈਜ਼ਡ ਆਫਿਸ ਹੈ ਨਰੇਸ਼ ਸ਼ਰਮਾ ਨਾਲ ਅਸੀਂ ਗੱਲਬਾਤ ਕੀਤੀ ਹੈ। ਦਰਸ਼ਕੋ, ਅੱਜ ਅਸੀਂ ਫਾਸਟ ਟੈਗ ਜਿਹੜਾ ਕਿ 1 ਦਸੰਬਰ ਤੋਂ ਜ਼ਰੂਰੀ ਹੋ ਗਿਆ ਹੈਗਾ ਉਹਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਸ਼੍ਰੀ ਨਰੇਸ਼ ਸ਼ਰਮਾ ਜੀ ਜੋ ਇਹਦੇ ਮਾਹਰ ਨੇ। ਸ਼ਰਮਾ ਸਾਹਿਬ, ਇਹ ਫਾਸਟ ਟੈਗ ਹੈ ਕੀ ਬੁਲਾ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਜ਼ਰਾ। ਸਰ, ਫਾਸਟ ਟੈਗ ਇਟਸ ਇੱਕ ਰੇਡੀਓ ਫ੍ਰੀਕੁਐਂਸੀ ਦੇ ਥਰੂ ਪੇਮੈਂਟ ਅੱਜ ਕੱਲ੍ਹ ਹੋ ਰਹੀ ਹੈ। ਹਾਂਜੀ, ਜਿੱਦਾਂ ਮੋਦੀ ਸਰਕਾਰ ਜੀ ਨੇ ਕਿਹਾ ਕੈਸ਼ ਪੇਮੈਂਟ ਨਹੀਂ ਕਰਨੀ। ਹਾਂਜੀ, ਇਸ ਕਰਕੇ ਇਸ ਨੂੰ 2-3 ਸਾਲਾਂ ਤੋਂ ਲਾਗੂ ਕੀਤਾ ਗਿਆ ਸੀਗਾ ਅਤੇ ਲੋਕ ਕਈਆਂ ਨੇ ਲਗਵਾਇਆ, ਕਈਆਂ ਨੇ ਲਗਵਾਇਆ। ਜਿਨ੍ਹਾਂ ਨੇ ਲਗਵਾਇਆ ਉਹ ਬੜੇ ਫਾਸਟ ਟੈਗ ਲੈਣ ਦਾ, ਮਤਲਬ ਫਾਸਟ ਟੈਗ ਲੈਣ ਦੇ ਵਿੱਚੋਂ ਨਿਕਲਦੇ ਆ ਵਿਦਆਊਟ ਐਨੀ ਕੈਸ਼ ਪੇਮੈਂਟ ਦਿੱਤੇ। ਅੱਛਾ ਜੀ। ਅੱਛਾ, ਕਈ ਵਾਰੀ ਕੀ ਹੁੰਦਾ ਸੀਗਾ, ਸਾਡੇ ਲੋਕ ਬੜੇ ਪਰੇਸ਼ਾਨ ਹੁੰਦੇ ਸੀਗੇ, ਦੂਸਰੀ ਲੇਨ ਦੇ ਵਿੱਚ ਕਿਸੇ ਨੇ 2000 ਰੁਪਇਆ ਦੇ ਦੇਣਾ, ਉਹਦੇ 130 ਰੁਪਏ ਕੱਟਣ ਦੇ ਲਈ ਪਿਛਲੇ ਜਿਹੜੇ ਬੰਦੇ ਖੜੇ ਹੁੰਦੇ ਸੀ ਉਹਨਾਂ ਬੜਾ ਟਾਈਮ ਵੇਸਟ ਹੁੰਦਾ ਸੀਗਾ। ਅੱਛਾ, ਉਹ ਪੈਸੇ ਪਹਿਲਾਂ ਉਹ ਗਿੰਦਾ ਫਿਰ ਉਹ ਗਿੰਦਾ, ਅਗਲਾ ਬੰਦਾ ਕੋਈ ਆਉਂਦਾ ਸੀ ਉਹ ਆਪਣਾ ਕਾਰਡ ਦੇ ਦਿੰਦਾ ਸੀਗਾ, ਉਹ ਕਾਰਡ ਫੀਡ ਕਰਦੇ ਸੀ, ਉਹ ਪਿੰਨ ਫੀਡ ਕਰਦਾ ਸੀ, ਉਹ 'ਚ ਪਰਚੀ ਇੱਕ ਨਿਕਲਦੀ ਫਿਰ ਕੋਹਨੇ ਰੱਖਣੀ ਕੋਹਨੇ ਰੱਖਣੀ। ਡਿਊ ਟੂ ਦੈਟ ਰੀਜ਼ਨ ਉਸ ਤੋਂ ਬਾਅਦ ਕੀ ਕੀਤਾ, ਹੁਣ ਸਾਨੂੰ 1-2 ਵਾਰੀ ਪਹਿਲਾਂ ਵੀ ਇਹਨਾਂ ਨੇ ਬੜੀ ਇੰਸਟਰਕਸ਼ਨ ਦਿੱਤੀ ਵੀ ਤੁਸੀਂ ਅਵੇਅਰ ਕਰੋ ਵੀ ਇਹਨੂੰ ਫਾਸਟ ਟੈਗ ਸਾਰੇ ਲਗਵਾਉਣ। ਅਤੇ ਜਦੋਂ ਮੈਂ ਇਹਨਾਂ ਦੇ ਕੋਲੋਂ, ਸਾਡੇ ਇੱਕ ਆਫਿਸ ਭੋਪਾਲ ਹੈ, ਇੱਕ ਸਾਡਾ ਬੈਂਗਲੌਰ ਆਫਿਸ ਹੈ, ਉਹਨਾਂ ਨੇ ਕੰਟੈਕਟ ਕੀਤਾ, ਉਹ ਕਹਿੰਦੇ ਜਿੰਨਾ ਤੁਸੀਂ ਇਹਨੂੰ ਅਵੇਅਰ ਕਰੋ ਅਤੇ ਮੈਕਸੀਮਮ ਲੋਕਾਂ ਨੂੰ ਲਗਵਾਓ ਕਿ ਇਹ ਫਾਸਟ ਟੈਗ ਲੇਨ 'ਚੋਂ ਕ੍ਰੋਸ ਕਰਨ। ਅੱਛਾ, ਅਸੀਂ ਬੜਾ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ ਇੰਡੀਆ ਦਾ ਐਜ਼ ਏ ਰੂਲ ਉਹ ਨਹੀਂ ਅਵੇਅਰ ਹੋਏ, ਲੋਕ ਉਹੀ ਉੱਦਾਂ ਹੀ ਪੇਮੈਂਟ ਕਰਦੇ ਰਹੇ। ਹੁਣ ਕੀ ਹੋਇਆ, ਸਾਡੀ ਸਰਕਾਰ ਨੇ ਪਲੱਸ ਫਾਸਟੈਗ ਕੰਪਨੀ ਨੇ ਰਲ ਕੇ ਜਦੋਂ ਇਹ ਦੇਖਿਆ ਵੀ ਪੈਟਰੋਲ ਡੀਜ਼ਲ ਦੀ ਉੱਥੇ ਪੋਲਿਊਸ਼ਨ ਦੇ ਕਰਕੇ ਇੰਨੀ ਕੰਜ਼ਮਪਸ਼ਨ ਹੁੰਦੀ ਸੀ, ਗੱਡੀਆਂ ਲਾਈਨ ਲੱਗੀ ਹੁੰਦੀ ਸੀ ਅਤੇ ਡਿਊ ਟੂ ਦੈਟ ਰੀਜ਼ਨ ਸਾਡੇ ਪੋਲਿਊਸ਼ਨ ਦਾ ਬਹੁਤ ਇਫੈਕਟ ਹੁੰਦਾ ਸੀਗਾ। ਹੁਣ ਇਹਨਾਂ ਨੇ ਕੰਪਲਸਰੀ ਕਰਤਾ 1 ਦਸੰਬਰ ਤੋਂ ਆਨਵਰਡਸ ਕੋਈ ਵੀ ਗੱਡੀ ਟੋਲ ਪਲਾਜ਼ਾ ਤੋਂ ਲੰਘੇਗੀ ਉਸਨੂੰ ਡਬਲ ਪੇ ਕਰਨਾ ਪਏਗਾ। ਇਹ ਮਤਲਬ ਪੂਰੇ ਇੰਡੀਆ ਵਿੱਚ ਲਾਗੂ ਆ, ਪੰਜਾਬ ਵਿੱਚ ਵੀ? ਇਹ ਪੂਰੇ ਇੰਡੀਆ 'ਚ ਲਾਗੂ ਹੈ ਸਰ। ਅੱਛਾ ਅੱਛਾ, ਚਲੋ ਵਧੀਆ। ਇਹਦੇ ਲਈ ਮੰਨ ਲਓ ਫਾਸਟ ਟੈਗ ਮੈਂ ਬਣਾਉਣਾ ਹੈਗਾ, ਉਹਦੇ ਲਈ ਕੀ ਕੀ ਫਾਰਮੈਲਿਟੀ ਕੀ ਹੈ ਇਹ ਦੱਸੋ। ਸਰ, ਇੱਦਾਂ ਸਾਡੀ ਫਾਸਟ ਟੈਗ ਕੰਪਨੀ ਨੇ 3-4 ਜਗ੍ਹਾ ਆਪਸ਼ਨ ਦਿੱਤੀਆਂ ਹੋਈਆਂ। ਹਾਂਜੀ, ਪੇਟੀਐਮ ਨੂੰ ਦਿੱਤਾ ਹੈ, ਕੁਝ ਬੈਂਕਸ ਨੂੰ ਦਿੱਤਾ ਹੈ, ਕੁਝ ਉਹਨਾਂ ਨੇ ਆਪਣੇ ਆਥੋਰਾਈਜ਼ਡ ਡੀਲਰ ਆਫਿਸ ਖੋਲ੍ਹੇ ਹੈ, ਡੀਲਰ ਟਾਈਪ ਕਹਿ ਲਓ, ਆਫਿਸ ਕਹਿ ਲਓ। ਹਾਂਜੀ, ਜਿੱਦਾਂ ਸਾਨੂੰ ਇਹਨਾਂ ਨੇ ਆਥੋਰਾਈਜ਼ ਆਫਿਸ ਬਣਾਇਆ ਜਲੰਧਰ ਦੇ ਵਿੱਚ, ਅਸੀਂ ਕੀ ਕਰੀਦੇ ਇਹਨਾਂ ਦੀ ਪੂਰੀ KYC ਫੀਡ ਕਰਨ ਦੇ ਲਈ, ਅਸੀਂ ਓਰੀਜਨਲ ਆਧਾਰ ਕਾਰਡ, ਓਰੀਜਨਲ ਪੈਨ ਕਾਰਡ ਅਤੇ ਓਰੀਜਨਲ RC। ਅੱਛਾ, ਇਹ ਕੰਪਲਸਰੀ ਹੈ, ਜੇ ਇਹ ਸਾਨੂੰ ਦੇਣਗੇ ਤੇ ਇਹਨਾਂ ਦੀ KYC ਪੂਰੀ ਤਾਂ ਕੰਪਲੀਟ ਹੁੰਦੀ ਹੈ। ਅੱਛਾ, ਜੇ ਅਸੀਂ KYC ਕੰਪਲੀਟ ਨਹੀਂ ਕਰਦੇ ਇਹ ਗੱਡੀਆਂ ਟੋਲ ਪਲਾਜ਼ਾ ਤੇ ਜਾ ਕੇ ਬਲੈਕ ਲਿਸਟ ਕਰ ਦਿੰਦੇ ਆ ਤੇ ਬਲੌਕ ਹੋ ਜਾਂਦੇ ਆ ਨੰਬਰ। ਇਹ ਇੱਕ ਤਾਂ ਓਰੀਜਨਲ RC ਓਰੀਜਨਲ ਆਧਾਰ ਕਾਰਡ, ਆਧਾਰ ਕਾਰਡ ਤੇ ਓਰੀਜਨਲ ਪੈਨ ਕਾਰਡ, ਇਹਦੇ ਨਾਲ ਫੋਟੋਆਂ ਵੀ ਚਾਹੀਦੀਆਂ ਕੋਈ, ਮਤਲਬ ਇੱਕ ਫੋਟੋ ਚ ਇੱਕ ਫੋਟੋਗ੍ਰਾਫ ਚਾਹੀਦੀ ਹੁੰਦੀ, ਇੱਕ ਫੋਟੋਗ੍ਰਾਫ ਜਿਸਨੇ ਯੂਜ਼ ਕਰਨਾ ਹੁੰਦਾ ਹੈ। ਨਹੀਂ, ਓਰੀਜਨਲ ਕਿਉਂ ਚਾਹੀਦੀ, ਫੋਟੋਕਾਪੀ ਨਹੀਂ ਚੱਲ ਸਕਦੀ? ਫੋਟੋਕਾਪੀ ਚੱਲਦੀ ਹੈ। ਫੋਟੋਕਾਪੀ ਕੀ ਹੁੰਦਾ, ਫੋਟੋਕਾਪੀ ਤਾਂ ਅਸੀਂ ਬੰਗਲੌਰ ਆਫਿਸ ਭੇਜ ਦੇਣੀ ਹੈ ਵੀ ਇਸ ਨੂੰ ਅਸੀਂ ਟੈਗ ਲਗਾਇਆ, ਅਸੀਂ ਸਕੈਨ ਕਰਕੇ ਅਸੀਂ ਆਪਣੇ ਕੋਲ ਤਾਂ ਰੱਖ ਲੈਂਦੇ ਹਾਂ ਵੀ ਕੱਲ੍ਹ ਨੂੰ ਇਸ ਬੰਦੇ ਨੇ ਗੱਡੀ ਵੇਚਣੀ ਹੈ, ਉਹ ਗੱਡੀ ਜਦੋਂ ਵੇਚਦਾ ਉਹ ਕਹਿੰਦਾ ਮੈਨੂੰ ਇੱਕ ਫਲਾਣੀ ਗੱਡੀ ਹੈ, ਮੈਂ ਨਵੀਂ ਖਰੀਦੀ, ਮੈਨੂੰ ਇਸੇ ਫਾਸਟ ਟੈਗ ਇਸ਼ੂ ਕਰ ਦਿਓ, ਉਹਨੂੰ ਫਿਰ ਦੁਬਾਰਾ ਲਿਆਉਣ ਦੀ ਲੋੜ ਨਹੀਂ ਪੈਂਦੀ, ਉਹ ਸਾਡੇ ਕੋਲ ਰਿਕਾਰਡ ਹੁੰਦਾ, ਅਸੀਂ ਇਮੀਡੀਏਟਲੀ ਟੈਗ ਇਸ਼ੂ ਕਰ ਦਿੰਦੇ ਹਾਂ। ਹੁਣ ਮੰਨ ਲਓ ਜੇ ਇਹ ਘਰ 'ਚ 5G ਹੈਗੇ ਆ, ਹਾਂਜੀ, ਮੰਨ ਲਓ ਇੱਕ ਬੰਦੇ ਦੀ ਵਾਈਫ ਦੇ ਨਾਂ ਤੇ ਕਾਰ ਹੈਗੀ, ਮੰਨ ਲਓ ਉਹ ਹਸਬੈਂਡ ਉਹਨੂੰ ਚਲਾਉਂਦਾ, ਵਾਈਫ ਚਲਾਉਂਦੀ ਨਹੀਂ ਹੈਗੀ, ਉਹ ਫਾਸਟ ਟੈਗ ਕਿਹਨੂੰ ਲੈਣਾ ਪਏਗਾ, ਹਸਬੈਂਡ ਨੂੰ ਲੈਣਾ ਪਏਗਾ ਕਿ ਵਾਈਫ ਨੂੰ? ਨਹੀਂ, ਇੱਦਾਂ ਹੁੰਦਾ ਜੀ, ਇੱਕ ਘਰ ਦੇ ਵਿੱਚ
ਜੇ 4 ਗੱਡੀਆਂ ਹੈਗੀਆਂ ਅਸੀਂ ਕੀ ਕਰੀਦਾ ਜਿਹੜਾ ਉਹਨਾਂ 'ਚ ਬੰਦਾ ਐਫੀਸ਼ੀਐਂਟ ਹੁੰਦਾ ਜਿੱਦਾਂ ਬੇਟਾ ਹੋ ਗਿਆ ਜਾਂ ਉਹਨਾਂ ਦੇ ਘਰ ਦਾ ਵੱਡਾ ਬਜ਼ੁਰਗ ਹੋ ਗਿਆ ਉਹ ਕਹਿੰਦਾ ਜੀ ਮੇਰੇ ਮੋਬਾਈਲ ਦੇ ਨਾਲ ਸਾਰੀਆਂ ਗੱਡੀਆਂ ਲਿੰਕ ਕਰ ਦਿਓ ਮੈਂ ਇਹ ਗੱਡੀਆਂ ਦਾ ਧਿਆਨ ਰੱਖਾਂਗਾ ਕਿਉਂਕਿ ਇੱਕ ਮੋਬਾਈਲ ਦੇ ਵਿੱਚ ਅਸੀਂ 5 ਗੱਡੀਆਂ ਲਿੰਕ ਕਰ ਸਕਦੇ ਹਾਂ ਇੱਕ ਮੋਬਾਈਲ 'ਚ 5 ਕਰਦੀਆਂ ਅੱਜ ਕੱਲ੍ਹ ਸਾਨੂੰ ਪਤਾ ਵੀ 4 ਗੱਡੀਆਂ ਹਰੇਕ ਦੇ ਘਰ ਦੇ ਵਿੱਚ ਹੈ ਅਸੀਂ ਉਹ 4 ਗੱਡੀਆਂ ਇੱਕ ਮੋਬਾਈਲ 'ਤੇ ਲਿੰਕ ਕਰ ਦੇਈਦਾ ਇੱਕ ਇਹਨਾਂ ਨੂੰ ਅਸੀਂ ਪਾਸਵਰਡ ਦੇ ਦੇਈਦੇ ਹਾਂ ਜਦੋਂ ਟੈਗ ਇਸ਼ੂ ਹੁੰਦਾ ਇਹ ਪਾਸਵਰਡ 'ਤੇ ਆਪਣਾ ਮੋਬਾਈਲ ਫੀਡ ਕਰਦੇ ਹਾਂ ਉਹ ਸਾਰੀ ਗੱਡੀ ਦੀ ਡਿਟੇਲ ਆ ਜਾਂਦੀ ਹੈ ਮੋਬਾਈਲ ਦੇ ਉੱਤੇ ਵੀ ਕਿਹੜੀ ਗੱਡੀ 'ਚ ਕਿੰਨਾ ਪੈਸਾ ਰਹਿ ਗਿਆ ਕਿਹੜੀ 'ਚ ਕਿੰਨਾ ਰਹਿ ਗਿਆ ਉਹ ਫਿਰ ਅਸੀਂ ਇਹਨਾਂ ਨੂੰ ਆਪਸ਼ਨ ਦਿੱਤੀ ਹੋਈ ਵੀ ਤੁਸੀਂ ਆਪਣੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਕੋਈ ਬੈਂਕਿੰਗ ਕਿਤੋਂ ਵੀ ਪੈਸਾ ਆਪਣੇ ਜਿਹੜੀ ਜਿਹੜੀ ਗੱਡੀ 'ਚ ਟ੍ਰਾਂਸਫਰ ਕਰਨਾ ਉਹਨੂੰ ਕਲਿੱਕ ਕਰੀ ਜਾਣ ਉੱਥੇ ਪੈਸਾ 500 ਤੋਂ ਲੈ ਕੇ ਜਿੰਨਾ ਵੀ 1000-2000 ਜਿੰਨਾ ਵੀ ਉਹਦੇ ਵਾਂਡ ਉਹ ਰੀਚਾਰਜ ਕਰ ਸਕਦੇ ਨਹੀਂ ਇੱਕ ਮੈਨੂੰ ਮੰਨ ਲਓ ਇੱਕ ਰਜਿਸਟ੍ਰੇਸ਼ਨ ਕਿਸੇ ਹੋਰ ਦੇ ਨਾਂ 'ਤੇ ਚਲਾਉਂਦਾ ਕੋਈ ਹੋਰ ਬੰਦਾ ਹੈਗਾ ਤੁਹਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਹੈ ਸਾਨੂੰ ਇੱਦਾਂ ਹੁੰਦਾ ਗੱਡੀ ਅੱਜ ਕੱਲ੍ਹ ਬੜੀ ਰੂਟੀਨ 'ਚ ਹੈ ਵੀ ਗੱਡੀ 3 ਜਗ੍ਹਾ ਵਿਕ ਜਾਂਦੀ ਹੈ ਬੰਦਾ ਟ੍ਰਾਂਸਫਰ ਨਹੀਂ ਕਰਾਉਂਦਾ ਪਰ ਉਹ ਕਹਿੰਦਾ ਵੀ ਮੈਂ ਹੀ ਚਲਾਉਣਾ ਕਿਉਂਕਿ ਅਸੀਂ ਆਧਾਰ ਕਾਰਡ ਪੈਨ ਕਾਰਡ ਮੋਬਾਈਲ ਇਸ ਕਰਕੇ ਲੈਂਦੇ ਕਿ ਹੀ ਇਜ਼ ਰਿਸਪੋਂਸੀਬਲ ਕਿਉਂਕਿ ਉਹਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਮੈਂ ਇਸ ਗੱਡੀ ਦਾ ਓਨਰ ਹਾਂ ਸਾਡੇ ਸਾਰੀ ਰਿਕਾਰਡਿੰਗ 'ਚ ਆ ਜਾਂਦਾ ਵੀ ਸਾਡੇ ਪੂਰਾ ਰਿਕਾਰਡ ਹੁੰਦਾ ਵੀ ਇਹ ਗੱਡੀ ਇਹੀ ਚਲਾ ਰਿਹਾ ਨਹੀਂ ਮੇਰਾ ਅਜੇ ਵੀ ਪੁਆਇੰਟ ਕਲੀਅਰ ਨਹੀਂ ਮੰਨ ਲਓ ਤੁਹਾਡੀ ਵਾਈਫ ਦੇ ਨਾਂ ਤੇ ਗੱਡੀ ਹੈਗੀ ਆ ਕੋਈ ਬਿਲਕੁਲ ਸੀਗੀ ਤੇ ਤੁਸੀਂ ਆਪਣੇ ਡਾਕੂਮੈਂਟਸ ਚਲਾਉਣੇ ਤੁਸੀਂ ਆ ਤੁਹਾਡੇ ਡਾਕੂਮੈਂਟਸ ਲੱਗਣੇ ਆਧਾਰ ਕਾਰਡ ਡਾਕੂਮੈਂਟਸ ਮੇਰੇ ਲੱਗਣਗੇ ਜੀ ਅੱਛਾ ਅੱਛਾ ਉਹ ਰਜਿਸਟ੍ਰੇਸ਼ਨ ਉਹਨਾਂ ਦੇ ਜਿਹਦੇ ਨਾਂ ਤੇ ਉਹ ਅਸੀਂ ਉਹਨਾਂ ਦੇ ਗੱਡੀ ਦਾ ਨੰਬਰ ਇੰਜਨ ਨੰਬਰ ਚੈਸੀ ਨੂੰ ਚੜਾ ਦੇਈਦਾ ਤੇ ਅਸੀਂ ਕਹਿੰਦੇ ਵੀ ਅੱਜ ਕੱਲ ਗੱਡੀ ਇਹ ਚਲਾ ਰਹੇ ਆ ਅੱਛਾ ਹਸਬੰਡ ਚਲਾ ਰਹੇ ਆ ਹਸਬੰਡ ਦੇ ਡਾਕੂਮੈਂਟਸ ਲੱਗ ਜਾਂਦੇ ਫਿਰ ਉਹਨਾਂ ਨੂੰ ਮੈਸੇਜ ਆਉਂਦਾ ਪ੍ਰੋਪਰ ਵੀ ਇਦਾਂ ਇਦਾਂ ਅੱਛਾ ਅੱਛਾ ਹਾਂ ਠੀਕ ਹੈ ਜੀ ਬਹੁਤ ਅੱਛਾ ਅਸੀਂ ਹਾਂਜੀ ਅਸੀਂ ਨਾ ਅੱਜ ਕੱਲ ਜਿੱਦਾਂ ਅਵੇਅਰ ਵੀ ਹਰ ਇੱਕ ਨੂੰ ਕਰਦੇ ਆ ਪਹਿਲਾਂ ਤਾਂ ਚੱਲ ਜਾਂਦਾ ਸੀਗਾ ਜੀ ਦੂਜੀਆਂ ਲੇਨ ਸੀਗੀਆਂ ਉੱਥੇ ਕੋਈ ਨਹੀਂ ਸੀ ਫਾਸਟੈਗ ਹੁਣ ਇੱਕ ਫਾਸਟੈਗ ਨੇ ਬਹੁਤ ਵੱਡਾ ਕੰਡੀਸ਼ਨਲ ਕਰਤਾ ਵੀ ਇਹਦੇ ਵਿੱਚ ਪੈਸੇ ਹੋਣੇ ਹੀ ਚਾਹੀਦੇ ਆ ਅੱਛਾ ਪੈਸੇ ਉਹ ਫਿਰ ਕਿਵੇਂ ਪਾਏਗਾ ਉਹ ਕੈਸ਼ ਦੇ ਸਕਦਾ ਸਾਨੂੰ ਇੱਕ ਸਾਡੇ ਕੋਲੇ ਆਪਸ਼ਨ ਹੁੰਦੀ ਸਰ ਸਾਨੂੰ ਕੰਪਲੇਂਟ ਤੇ ਵੀ ਤੁਸੀਂ ਕਿਸੇ ਨੂੰ ਵੀ ਰੀਚਾਰਜ ਕਰ ਸਕਦੇ ਇੱਕ ਇਹਨਾਂ ਨੂੰ ਅਸੀਂ ਪਾਸਵਰਡ ਦੇਾਂਗੇ ਇਹ ਖੁਦ ਘਰ ਬੈਠ ਕੇ ਆਨਲਾਈਨ ਟ੍ਰਾਂਸਫਰ ਕਰ ਸਕਦੇ ਪੇਮੈਂਟ ਅੱਛਾ 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 ਹਰ ਬੰਦੇ ਨੂੰ ਅਸੀਂ ਸਮਝਾਉਂਦੇ ਵੀ ਮਿਨੀਮਮ 300 ਰੁਪਇਆ ਹਰ ਗੱਡੀ 'ਚ ਰਹਿਣਾ ਚਾਹੀਦਾ ਉਹ ਜਦੋਂ ਕ੍ਰੋਸ ਕਰੇਗਾ ਫਾਸਟੈਗ ਲੇਨ ਦਾ ਇੱਕ ਕੰਡੀਸ਼ਨ ਹੈ ਜੇ ਉਹਦੇ ਗੱਡੀ 'ਚ ਪੈਸੇ ਘੱਟ ਹੋਏ ਇੱਕ ਤਾਂ ਉਹਦਾ ਨੰਬਰ ਬਲੌਕ ਹੋ ਜਾਏਗਾ ਬਲੈਕਲਿਸਟ ਕਰ ਦਿੰਦੇ ਆ ਸੈਕਿੰਡਲੀ ਉਹਨੂੰ ਡਬਲ ਪੇ ਕਰਨਾ ਪਏਗਾ ਅੱਛਾ ਅੱਛਾ ਮੰਨ ਲਓ ਜਿਹੜੇ ਪਹਿਲੀ ਆਪਣੇ ਦਸੰਬਰ ਤੋਂ ਸ਼ੁਰੂ ਹੋਣੇ ਹੈਗੇ ਕਿਸੇ ਨੇ ਫਾਸਟੈਗ ਨਹੀਂ ਬਣਿਆ ਟਰੈਵਲ ਕਰਦਾ ਜਿੱਥੇ ਪੋਲ ਟੋਲ ਤੋਂ ਤੇ ਉਹਦੇ ਫਿਰ ਅਦਰਵਾਈਜ਼ ਉਹਨੂੰ ਜਾਣੇ ਆਉਣੇ ਤੇ ਡਬਲ ਚਾਰਜਸ ਦੇਣੇ ਪੈਣਗੇ ਉਹਦੀ ਇੱਕ ਲੇਨ ਅਲੱਗ ਬਣ ਜਾਏਗੀ ਹੁਣ ਬਾਕੀ ਸਾਰੀਆਂ ਫਾਸਟੈਗ ਲੇਨਸ ਕਰਦੀਆਂ ਅਸੀਂ ਸਾਰੇ ਮੈਸੇਜ ਪਾਤੇ ਵੀ ਟੋਟਲ ਫਾਸਟੈਗ ਲੇਨ ਸਾਰੀਆਂ ਹੀ ਹੋ ਗਈਆਂ ਟੋਲ ਪਲਾਜ਼ਾ ਤੋਂ ਇੱਕ ਲੇਨ ਨੂੰ ਛੱਡ ਕੇ ਜਿਸ ਬੰਦੇ ਨੇ ਫਾਸਟੈਗ ਨਹੀਂ ਲਵਾਇਆ ਉਹ ਬੰਦਾ ਉਸ ਲੇਨ 'ਚੋਂ ਜਾਏ ਤੇ ਉੱਥੇ ਡਬਲ ਪੇ ਕਰਕੇ ਚਲਾ ਜਾਏ ਨਹੀਂ ਮੰਨ ਲਓ ਅੱਗੇ ਤਾਂ ਜਦੋਂ ਹੁਣ ਅਸੀਂ ਜਾਣੇ ਕਿ ਜਿਹਨੇ ਰਿਟਰਨ ਆਉਣਾ ਹੈਗਾ ਉਹ ਕਹਿੰਦਾ ਰਿਟਰਨ ਵਾਲੀ ਮੈਨੂੰ ਦੇ ਦਿਓ ਪਰਚੀ ਠੀਕ ਜੀ ਮੰਨ ਲਓ ਕੋਈ ਬੰਦਾ ਜਲੰਧਰੋਂ ਚੰਡੀਗੜ੍ਹ ਗਿਆ ਜਾਂ ਲੁਧਿਆਣੇ ਗਿਆ ਹੈਗਾ ਤੇ ਉਹ ਇਹ ਕਿਵੇਂ ਪਤਾ ਲੱਗੇਗਾ ਵੀ ਕਿੰਨੇ ਪੈਸੇ ਉਹਦੇ ਡਿਡਕਟ ਹੋਣੇ ਹੈਗੇ ਇੱਦਾਂ ਜੀ ਪਹਿਲਾਂ ਕੀ ਹੁੰਦਾ ਸੀ ਅਸੀਂ ਸਲਿੱਪ ਬਣਵਾਉਂਦੇ ਸੀਗੇ ਅਪ ਡਾਊਨ ਦੀ ਹੁਣ ਕੀ ਹੁਣ ਸਕੈਨ ਹੋ ਜਾਏਗੀ ਗੱਡੀ ਸਾਡੀ ਅੱਛਾ ਮੰਨ ਲਓ 11:15 ਤੇ ਇੰਟਰ ਹੋਈ ਸਵੇਰੇ ਗੱਡੀ ਨਿਕਲੀ ਅਗਲੇ ਦਿਨ 11:15 ਤੇ ਜੇ ਉਹ ਗੱਡੀ ਵਾਪਸ ਆਉਂਦੀ ਹੈ ਤੇ ਉਸ ਗੱਡੀ ਦੇ ਦੁਆਰਾ ਫੋਟੋ ਚੱਕ ਆਪੇ ਆਟੋਮੈਟਿਕਲੀ ਆ ਜਾਏਗੀ ਵੀ ਗੱਡੀ 9 ਵਜੇ ਲੰਘੀ ਸੀ ਇਸ ਦੇ ਵੀ ਜਿੱਦਾਂ ਲੁਧਿਆਣੇ ਦੇ ਆਪੇ ਜਾਣ ਦੇ 130 ਰੁਪਏ ਕੱਟੇ ਜਾਂਦੇ ਆਉਣ ਦੇ 60 ਰੁਪਏ ਕੱਟੇ ਜਾਂਦੇ ਸੀ ਜਦੋਂ ਗੱਡੀ ਵਾਪਸ ਆਏਗੀ ਉਹਦੇ 60 ਰੁਪਏ ਹੀ ਕੱਟੇ ਜਾਣਗੇ ਅੱਛਾ ਅਗਰ ਉਹ 24 ਘੰਟੇ ਤੋਂ ਲੇਟ ਆਉਂਦਾ ਵਾ 25 ਘੰਟੇ ਤਾਂ ਆਉਂਦਾ ਉਹਦਾ ਜਿਹੜਾ ਪਿਛਲਾ ਡਾਟਾ ਡਿਲੀਟ ਹੋ ਜਾਏਗਾ ਨਵੇਂ ਦੁਆਰਾ 25 ਘੰਟੇ ਜਾਂ 30 ਘੰਟੇ ਜਦੋਂ ਵੀ ਲੰਘਦਾ ਉਹ ਦੁਆਰਾ ਫੋਟੋ ਖਿੱਚੀ ਜਾਏਗੀ ਤੇ ਉਹਦੇ ਕੋਲ 130 ਰੁਪਏ ਲਿੱਤੇ ਜਾਣਗੇ ਇਹ ਫਿਰ ਜਿਹਨੇ ਇੱਕ ਵਾਰੀ ਫਾਸਟ ਟੈਗ ਲੈ ਲਿਆ ਹੈਗਾ ਦੈਟ ਇਜ਼ ਪਰਮਾਨੈਂਟਲੀ ਵੈਲਿਡ ਫਾਰ ਲਾਈਫ ਹਾਂ ਇਹ ਸਾਡੀ ਕੰਪਨੀ ਨੇ ਇਹਨੂੰ ਕਿਹਾ ਜੀ ਇਹ ਲਾਈਫ ਟਾਈਮ ਲਈ ਵੈਲਿਡ ਹੈ ਬਟ ਜਦੋਂ ਤੁਸੀਂ ਗੱਡੀ ਵੇਚਣੀ ਹੈ ਜਦੋਂ ਵੀ ਇਹ ਫਾਸਟ ਟੈਗ ਉਤਾਰਨਾ ਉਤਾਰ ਕੇ ਸਾਡੀ ਕੰਪਨੀ ਆਫਿਸ ਵਾਪਸ ਕਰਨਾ ਅਗਰ ਉਹ ਵਾਪਸ ਨਹੀਂ ਕਰਨਗੇ ਉਹ ਫਾਸਟ ਟੈਗ ਉਸ ਬੰਦੇ ਦੇ ਨਾਂ ਤੇ ਬੋਲੀ ਜਾਏਗਾ ਉਹਦੀ ਉਹ ਗੱਡੀ ਵੀ ਬਲੈਕਲਿਸਟ ਹੋ ਜਾਏਗੀ ਉਹ ਅੱਗੇ ਵੀ ਆਪਣਾ ਫਾਸਟ ਟੈਗ ਇਸ਼ੂ ਨਹੀਂ ਕਰਵਾ ਸਕੇਗਾ ਮੰਨ ਲਓ ਨਰੇਸ਼ ਜੀ ਕਿਸੇ ਕੋਲ ਗੱਡੀ ਹੈਗੀ ਕੋਈ ਪਾਰਟੀਕੁਲਰ ਇੱਕ ਬ੍ਰਾਂਡ ਦੀ ਤੇ ਉਹ ਸਾਲ ਬਾਅਦ ਵੇਚ ਦਿੰਦਾ ਫਾਸਟ ਟੈਗ ਹੋਇਆ ਹੈਗਾ ਉਦੋਂ ਫਿਰ ਉਹਨੂੰ ਕੀ ਪ੍ਰੋਸੀਜਰ ਅਡਾਪਟ ਕਰਨਾ ਪਏਗਾ ਉਹਨੂੰ ਸਰ ਇਦਾਂ ਵਹੀਕਲ ਉਹਦੇ ਨਾਂ ਤੇ ਬੋਲ ਰਿਹਾ ਜਦੋਂ ਉਹਨੇ ਗੱਡੀ ਸੇਲ ਕਰਨੀ ਹੈ ਸਭ ਤੋਂ ਪਹਿਲਾਂ ਉਹਨੂੰ ਆਪਣਾ ਫਾਸਟ ਟੈਗ ਉਤਾਰਨਾ ਪਏਗਾ ਅੱਛਾ ਫਾਸਟ ਟੈਗ ਕਿਸ ਸ਼ੇਪ ਵਿੱਚ ਜਿਹੜਾ ਹੁੰਦਾ ਹੈਗਾ ਜਿਹੜਾ ਤੁਸੀਂ ਅੱਛਾ ਇੱਕ ਸਟicker ਟਾਈਪ ਹੈ ਨਹੀਂ ਗੱਡੀ ਵੇਚ ਦਿੱਤੀ ਹੈਗੀ ਆ ਉਹ ਫਾਸਟ ਟੈਗ ਜਿਹੜਾ ਹੈਗਾ ਲੱਗਾ ਹੈਗਾ ਉਹਦਾ ਫਿਰ ਕੀ ਪ੍ਰੋਸੀਜਰ ਹੈਗਾ
ਉਹ ਤਾਂ ਪ੍ਰੋਸੀਜਰ ਇਮੀਡੀਏਟਲੀ ਪਹਿਲਾਂ ਤਾਂ ਆਪਾਂ ਫਾਸਟ ਟੈਗ ਉਤਾਰਨਾ ਜੀ। ਅੱਛਾ ਜੀ। ਜੇ ਫਾਸਟ ਟੈਗ ਉਤਾਰਿਆ ਗਿਆ ਉਹਦੇ ਦਲਿੱਚੇ ਕ੍ਰਸ਼ ਹੋ ਜਾਂਦੀ ਹੈ। ਅੱਛਾ ਜੀ। ਉਹਦਾ ਉਸ ਗੱਡੀ ਨਾਲ ਲਿੰਕ ਕੱਟਿਆ ਜਾਂਦਾ। ਅੱਛਾ। ਅਗਰ ਉਹ ਫਾਸਟ ਟੈਗ ਪਾਰਟੀ ਸਾਨੂੰ ਵਾਪਸ ਨਹੀਂ ਕਰਦੀ ਉਹ ਅਗਲਾ ਫਾਸਟ ਟੈਗ ਅਸੀਂ ਉਹਨੂੰ ਇਸ਼ੂ ਨਹੀਂ ਕਰ ਸਕਣਾ। ਅੱਛਾ ਅੱਛਾ। ਕਿਉਂਕਿ ਉਹ ਫਾਸਟ ਟੈਗ ਉਹਦੇ ਨਾਂ ਤੇ ਬੋਲਦਾ। ਹਾਂਜੀ। ਉਹ ਸਾਡੇ ਕੋਲ ਪਹਿਲਾਂ ਫਾਸਟ ਟੈਗ ਪੁਰਾਣਾ ਲੈ ਕੇ ਆਏਗਾ, ਅਸੀਂ ਉਹਦੀ ਮੇਲ ਆਪਣੇ ਆਫਿਸ ਬੰਗਲੌਰ ਪਾਵਾਂਗੇ ਜਾਂ ਭੋਪਾਲ ਪਾਵਾਂਗੇ, ਉੱਥੋਂ ਸਾਨੂੰ ਇੱਕ ਮੈਸੇਜ ਆਏਗਾ ਵੀ ਇਹ ਫਾਸਟ ਟੈਗ ਜਿਹੜਾ ਪਹਿਲਾਂ ਸੀ ਇਹ ਅਸੀਂ ਇਹਨੂੰ ਖਤਮ ਕਰਤਾ, ਇਸ ਨੂੰ ਨਵਾਂ ਪਾਸਵਰਡ ਦੇ ਕੇ ਇਸ਼ੂ ਕਰ ਦਿਓ। ਮੰਨ ਲਓ ਜਦੋਂ ਰੀਚਾਰਜ ਕਰਾਉਣਾ ਕਿਸੇ ਨੇ, ਮੰਨ ਲਓ ਨੈੱਟ ਬੈਂਕਿੰਗ ਨਹੀਂ ਹੈਗੀ ਆ ਜਾਂ ਕਿਸੇ ਦਾ ਡੈਬਿਟ ਕ੍ਰੈਡਿਟ ਕਾਰਡ ਨਹੀਂ ਹੈ, ਤੁਹਾਡੇ ਆਫਿਸ 'ਚੋਂ ਵੀ ਪੈਸੇ ਦੇ ਕੇ ਰੀਚਾਰਜ ਹੋ ਜਾਏਗਾ? ਬਿਲਕੁਲ ਜੀ ਬਿਲਕੁਲ, ਮੇਰੇ ਆਫਿਸ 'ਚ ਬਹੁਤ ਵੱਡੀ ਅੱਛੀ ਫੈਸਿਲਿਟੀ ਹੈ। ਅੱਛਾ। ਮੇਰੇ ਕੋਲ ਬਹੁਤ ਸਵੇਰ ਤੋਂ ਸ਼ਾਮ ਤੱਕ ਕਾਫੀ ਲੋਕ ਰੀਚਾਰਜ ਕਰਾਉਂਦੇ ਆ। ਅੱਛਾ। ਕਈ ਜਿਹਨਾਂ ਨੈੱਟ ਬੈਂਕਿੰਗ ਦਾ ਜਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਜਾਂ ਕਿੱਦਾਂ ਵੀ, ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ, ਸਾਨੂੰ ਫੋਨ 'ਤੇ ਵੀ ਕਹਿ ਦਿੰਦੇ ਆ ਵੀ ਸਾਡਾ ਬੰਦਾ ਪੈਸੇ ਲੈ ਕੇ ਆ ਰਿਹਾ, ਤੁਸੀਂ ਪਲੀਜ਼ ਇਹਨੂੰ ਰੀਚਾਰਜ। ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਕਿੰਨੀ ਅਮਾਊਂਟ ਦਾ ਰੀਚਾਰਜ ਹੋ ਜਾਂਦਾ? ਮਿਨੀਮਮ 200 ਰੁਪਏ ਤੋਂ ਸ਼ੁਰੂ ਹੁੰਦਾ ਜੀ। ਹਾਂ। ਤੇ ਅਪ ਟੂ 1 KYC ਬੰਦੇ 10,000 ਦੀ, 1 KYC ਬੰਦੇ 1,00,000 ਰੁਪਏ ਦੀ। ਅੱਛਾ ਅੱਛਾ। ਜਿਸ ਬੰਦੇ ਨੇ ਘਰ ਦੇ ਵਿੱਚ ਸਾਡੇ ਕੋਲ 5 ਗੱਡੀਆਂ ਲਿੰਕ ਕਰਾਉਣੀਆਂ ਉਹਨਾਂ ਦੇ ਅਸੀਂ KYC 1,00,000 ਰੁਪਏ ਵਾਲੀ ਕਰ ਦਿੰਦੇ ਆ। ਅੱਛਾ। ਜਿਨ੍ਹਾਂ ਨੇ 1 ਗੱਡੀ ਲਿੰਕ ਕਰਾਉਣੀ ਹੈ ਉਹਨਾਂ ਦੇ ਅਸੀਂ 10,000 ਦੀ ਕਰ ਦਿੰਦੇ ਆ। ਅੱਛਾ। ਇਹ ਜਿਹੜੀ ਲਿਮਿਟ ਹੁੰਦੀ ਹੈ ਇਹ ਪਰ ਮੰਥ ਦੀ ਹੁੰਦੀ ਹੈ। ਅੱਛਾ, ਪਰ ਮੰਥ ਦੀ। ਪਰ ਮੰਥ ਦੀ। ਜੇ ਪਰ ਮੰਥ ਨਹੀਂ ਪੂਰੀ ਹੁੰਦੀ ਕੋਈ ਗੱਲ ਨਹੀਂ, ਉਹ ਅਗਲੇ ਮਹੀਨੇ ਫਿਰ 10,000 ਕਰਾ ਸਕਦਾ ਜੀ। ਅੱਛਾ ਅੱਛਾ। ਉਹ ਅੱਗੇ ਦੇ ਕੇ ਹੁੰਦਾ ਰਹਿੰਦਾ ਕਿਉਂਕਿ ਸਾਡੇ ਕੋਲ ਇੱਦਾਂ ਦੀ ਗੱਡੀਆਂ ਲੱਗੀਆਂ, ਕੋਈ ਟਰੱਕ ਵੀ ਲੱਗਿਆ ਜਿਨ੍ਹਾਂ ਦੀ 1,00,000 ਰੁਪਏ ਤੋਂ ਘੱਟ ਸਰਦਾ ਹੀ ਨਹੀਂ, ਉਹਨਾਂ ਨੂੰ 10,000 20,000 ਪਾਉਣਾ ਹੀ ਪੈਂਦਾ। ਪਰ ਪੰਜਾਬ ਦੇ ਲੋਕਾਂ ਨੂੰ ਅਵੇਅਰਨੈਸ ਤਾਂ ਹੈ ਨਹੀਂ, ਇਹਦੀ ਅਵੇਅਰਨੈਸ ਕਰ ਦਿਓ ਵੀ ਕਿਵੇਂ ਕਰਾਉਣਾ ਹੈਗਾ, ਕਿੱਥੋਂ ਕਰਾਉਣਾ ਹੈਗਾ। ਇੱਦਾਂ ਹਰ ਸ਼ਹਿਰ ਵਿੱਚ ਹੋਣਗੇ ਜਿਹੜੇ ਆਫਿਸ? ਨਹੀਂ, ਇਸ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਵੈਸੇ ਇਹਨਾਂ ਨੇ ਸਾਨੂੰ ਬਹੁਤ ਕਿਹਾ ਸੀ, ਮੈਂ ਬਹੁਤ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ ਅੱਛਾ। ਇਹਦੀ KYC ਭਰਨ ਦੇ ਚੱਕਰ ਦੇ ਵਿੱਚ ਵੀ ਲੋਕ ਇਸ ਦੀ ਕਈ ਵਾਰੀ ਨਹੀਂ ਲੈਂਦੇ, ਆਪਣੇ ਡੀਲਰਸ਼ਿਪ ਨਹੀਂ ਲੈਂਦੇ, ਸਾਨੂੰ ਬਲੌਕ ਹੋ ਜਾਂਦਾ, ਲੋਕ ਆ ਕੇ ਕਹਿੰਦੇ ਜੀ ਸਾਡਾ ਬਲੌਕ ਹੋ ਗਿਆ ਜੀ, ਅਸੀਂ ਪੈਸੇ ਵੀ ਰੱਖੇ ਸੀ ਜੀ, ਡਿਊ ਟੂ ਦੈਟ ਰੀਜ਼ਨ। ਇਹਦੇ ਚੱਕਰ 'ਚ ਨਾ ਸਾਡੀ ਕੰਪਨੀ ਨੇ ਹਰ ਟੋਲ ਪਲਾਜ਼ਾ ਦੇ ਉੱਤੇ ਲਿਖ ਕੇ ਲਗਾ ਦਿੱਤਾ ਵੀ 1 ਦਸੰਬਰ ਤੋਂ ਬਾਅਦ ਇਹ ਹੋ ਜਾਏਗਾ। ਸਾਡੇ ਸਾਰੇ ਨੰਬਰ, ਸਾਡੇ ਜਿੰਨੇ ਵੀ ਅਸੀਂ ਡੀਲਰਸ ਆ ਜਾਂ ਸਾਡੇ ਕੰਪਨੀ ਦਾ ਆਫਿਸ ਆ, ਹਰ ਰੋਜ਼ ਸਾਡਾ ਨੈੱਟ ਤੇ ਪੈਂਦਾ ਸੀ, ਹਰ ਬੰਦੇ ਨੂੰ ਪਤਾ ਸੀ ਵੀ ਸਾਡਾ ਇੱਥੇ ਆਫਿਸ ਹੈ। ਇਹਦੀ ਕੋਈ ਗੱਲ ਨਹੀਂ ਹੈ ਵੀ ਅਵੇਅਰ ਨਹੀਂ, ਕੰਪਨੀ ਬਹੁਤ ਅਵੇਅਰ ਕੀਤਾ। ਤੁਸੀਂ ਹੁਣ ਵੀ ਫਾਸਟ ਟੈਗ ਖੋਲ ਕੇ ਦੇਖੋ, ਥੋੜਾ ਜਿਹਾ ਲਿਖਣਾ ਤੁਸੀਂ SBI ਫਾਸਟ ਟੈਗ ਲਿਖਣਾ ਗੂਗਲ 'ਚ ਜਾ ਕੇ, ਤੁਹਾਨੂੰ ਸਾਰੀ ਚੀਜ਼ ਆ ਜਾਏਗੀ, PayTM ਦਾ ਵੀ ਆ ਜਾਏਗਾ, ਬੈਂਕਿੰਗ ਦਾ ਵੀ ਆ ਜਾਏਗਾ, ਬੈਂਕ ਤੋਂ ਵੀ ਮਿਲ ਜਾਂਦੇ ਆ। ਬਟ ਇਹ ਚੀਜ਼ਾਂ ਹੁੰਦੀਆਂ ਕਈ ਵਾਰੀ ਟਾਈਮ ਦੀ ਗੱਲ ਹੁੰਦੀ ਹੈ, ਸਾਡੇ ਕੋਲ ਟੈਕਸ ਅਵੇਲੇਬਲ ਹੁੰਦੇ ਆ। ਕਿਸੇ ਨੇ ਮੰਨ ਲਓ ਆਨਲਾਈਨ ਭਰਨਾ, ਆਨਲਾਈਨ ਵੀ ਕਰ ਸਕਦਾ? ਆਨਲਾਈਨ ਵੀ ਭਰ ਸਕਦਾ। ਆਨਲਾਈਨ ਦੇ ਵਿੱਚ ਕੀ ਹੁੰਦਾ ਜੀ, 15-20 ਦਿਨ ਲੱਗ ਜਾਂਦੇ ਆ। ਅੱਛਾ ਅੱਛਾ ਅੱਛਾ। ਇਨ ਦਾ ਮੇਨ ਟਾਈਮ ਜਦੋਂ ਆਨਲਾਈਨ ਤੋਂ ਬਾਅਦ ਰੀਚਾਰਜ ਦੀ ਫੈਸਿਲਿਟੀ ਅਸੀਂ ਨਹੀਂ ਕਰ ਪਾਣੀ ਕਿਉਂਕਿ ਸਾਡੇ ਕੋਲ ਬਾਰਕੋਡ ਅਲੱਗ ਹੁੰਦੇ ਆ, ਆਨਲਾਈਨ ਦੇ ਬਾਰਕੋਡ ਅਲੱਗ ਹੁੰਦੇ ਆ। ਅੱਛਾ ਅੱਛਾ। ਅਸੀਂ ਇਹੀ ਹਰ ਕਹਿੰਦੇ ਆ ਵੀ ਤੁਸੀਂ ਪਲੀਜ਼ ਉੱਥੋਂ ਲਓ ਵੀ ਜਿੱਥੇ ਆਫਿਸ ਹੈ, ਕੱਲ ਨੂੰ ਕੋਈ ਪ੍ਰੋਬਲਮ ਆਏ ਯੂ ਕੈਨ ਕੰਟੈਕਟ ਤੁਹਾਨੂੰ ਕਿਸੇ, ਕਿਉਂਕਿ ਇਹ ਲਾਈਫ ਟਾਈਮ ਦੀ ਚੀਜ਼ ਬਣ ਗਈ ਜੀ। ਇਹ ਮਤਲਬ ਆਲ ਓਵਰ ਇੰਡੀਆ ਵੈਲਿਡ ਆ। ਮੰਨ ਲਓ ਤੁਸੀਂ ਕਿਤੇ ਵੀ ਜਾਓ, ਮੰਨ ਲਓ ਮੈਂ ਜਲੰਧਰੋਂ ਕਲਕੱਤੇ ਜਾਣਾ ਬਾਈ ਰੋਡ, ਉਹ ਪੂਰਾ ਚੱਲੇਗਾ ਇੰਡੀਆ ਵਿੱਚ? ਹਾਂਜੀ, ਜਿੱਥੇ ਜਿੱਥੇ ਨੈਸ਼ਨਲ ਹਾਈਵੇ ਰਾਜ ਪੈਂਦਾ ਰਹੇਗਾ ਇਹ ਆਟੋਮੈਟਿਕਲੀ ਆਪਣੇ ਮੋਬਾਈਲ ਦੇ ਵਿੱਚ ਲਿੰਕ ਕਰਦਾ ਰਹੇਗਾ ਅਤੇ ਇਹ ਪੈਸੇ ਘੱਟਦੇ ਰਹਿਣਗੇ। ਹਰ ਟ੍ਰਾਂਜੈਕਸ਼ਨ 'ਚ ਤੁਹਾਨੂੰ ਮੋਬਾਈਲ 'ਚ ਮਿਨੀਮਮ ਬੈਲੈਂਸ ਦਾ ਮੈਸੇਜ ਆਏਗਾ ਵੀ ਤੁਸੀਂ ਲੁਧਿਆਣਾ ਟੋਲ ਕ੍ਰੋਸ ਕੀਤਾ, 130 ਰੁਪਏ ਕੱਟ ਗਏ, ਬੈਲੈਂਸ ਤੁਹਾਡੇ 700 ਰੁਪਇਆ ਰਹਿ ਗਿਆ। ਨੈਕਸਟ ਕ੍ਰੋਸ ਕੀਤਾ ਅੰਬਾਲੇ ਦਾ, 100 ਰੁਪਇਆ ਲੱਗਿਆ, ਉਹਨੇ ਕਹਿੰਦੇ ਤੁਹਾਡਾ 600 ਰੁਪਇਆ ਰਹਿ ਗਿਆ। ਹਰ ਮੈਸੇਜ ਇਹਦਾ ਰਿਕਾਰਡ ਬੜਾ ਵੱਡਾ ਹੈ ਜੀ, ਤੁਸੀਂ ਜਾ ਕੇ ਆਪਣੀ ਕੋਈ ਦੀ ਸਲਿੱਪਾਂ ਕੱਢਣੀਆਂ ਚਾਹੁੰਦੇ ਹੋ ਜਾਂ ਕੋਈ ਵੀ ਪਿਛਲਾ ਦੇਖਣਾ ਚਾਹੁੰਦੇ, ਈਜ਼ੀਲੀ ਤੁਸੀਂ ਆਪਣਾ ਮਹੀਨੇ ਦਾ ਰਿਕਾਰਡ, 2 ਮਹੀਨੇ ਦਾ ਰਿਕਾਰਡ, 4 ਮਹੀਨੇ ਦਾ ਰਿਕਾਰਡ ਯੂ ਕੈਨ ਸੀ। ਨਹੀਂ, ਮੰਨ ਲਓ ਕਿਸੇ ਨੇ 1,000 ਰੁਪਏ ਦਾ ਰੀਚਾਰਜ ਕਰਾ ਲਿਆ, ਉਹ 6-7 ਮਹੀਨੇ ਜਾਂਦੇ ਨਹੀਂ, ਬਹੁਤ ਘੱਟ ਜਾਂਦੇ, ਉਹ ਪੈਸਾ ਸੇਫ ਹੈ ਉਹਦਾ? ਉਹ ਪੈਸਾ ਬਿਲਕੁਲ ਸੇਫ ਹੈ ਜੀ, ਚਾਹੇ ਤੁਸੀਂ 1 ਸਾਲ ਵੀ ਨਹੀਂ ਜਾਂਦੇ ਤਾਂ ਵੀ ਸੇਫ ਹੈ, ਤਾਂ ਵੀ ਸੇਫ ਹੈ, ਬਿਲਕੁਲ ਸੇਫ ਹੈ, ਉਹ 1,000 ਐਜ਼ ਇਟ ਇਜ਼ ਪਿਆ ਰਿਹਾ, ਐਜ਼ ਇਟ ਇਜ਼ ਪਿਆ ਰਿਹਾ। ਮੰਨ ਲਓ ਕਿਸੇ ਨੇ ਫਾਸਟ ਟੈਗ ਵੀ ਨਹੀਂ ਲਿਆ ਹੈਗਾ ਤੇ ਉਹ ਚੱਲ ਪਿਆ ਹੈਗਾ, ਮੰਨ ਲਓ ਕਿਤੇ ਉਹਨੇ ਟੋਲ, ਫਿਰ ਉਹਨੂੰ ਡਬਲ ਚਾਰਜ ਦੇਣੇ ਪੈਣਗੇ, ਡਬਲ ਚਾਰਜ ਦੇਣਾ ਪੈਗਾ। ਇਹਦੇ ਵਿੱਚ ਕੀ ਹੋ ਗਿਆ ਜੀ, ਮੈਨੂੰ ਜੋ ਲੱਗਦਾ ਹਜੇ ਜਾਣ ਕੇ ਕੰਪਨੀ ਨੇ ਕੁਛ ਨਹੀਂ ਕਿਹਾ, ਤੁਸੀਂ ਜੇ ਟੈਗ ਨਹੀਂ ਲੱਗਿਆ ਤੁਸੀਂ ਫਾਸਟ ਟੈਗ ਲੇਨ 'ਚ ਨਹੀਂ ਐਂਟਰ ਕਰ ਸਕਦੇ। ਅੱਛਾ ਅੱਛਾ। ਜੇ ਟੈਗ ਨਹੀਂ ਲੱਗਿਆ ਫਾਸਟ ਟੈਗ ਲੇਨ 'ਚ ਨਹੀਂ ਐਂਟਰ ਕਰਨਾ, ਤੁਹਾਡੀ ਇੱਕ ਸੈਪਰੇਟ ਲੇਨ ਬਣ ਗਈ ਹੈ। ਜੇ ਫਾਸਟ ਟੈਗ ਲੇਨ 'ਚ ਐਂਟਰ ਕਰ ਗਏ ਉੱਥੇ ਹੋ ਸਕਦਾ ਐਕਸਟਰਾ ਪਲੰਟੀ ਨਾ ਦੇਣੀ ਪੈ ਜੇ। ਇਹ ਚੀਜ਼। ਅੱਛਾ, ਇਹ ਟੋਲ ਪਲਾਜ਼ਿਆਂ ਤੇ ਦੱਸਣਗੇ ਫਾਸਟ ਟੈਗ ਕਿਹੜੀ ਹੈ ਤੇ ਨਾਰਮਲ ਕਿਹੜੀ ਹੈ। ਉੱਤੇ ਉੱਪਰ ਬੋਰਡ ਲੱਗ ਗਈ ਸਾਰਿਆਂ ਦੇ ਵੀ ਫਾਸਟ ਟੈਗ ਲੇਨ ਸਾਰੀਆਂ ਕਰਤੀ ਹੈ ਜੀ ਉਹਨਾਂ ਨੇ। 1 ਦਸੰਬਰ ਟੋਟਲ ਜਿੰਨੇ ਵੀ ਜੇ 10 ਲੇਨ ਆ 10 ਦੀ 10 ਲੇਨ ਫਾਸਟ ਟੈਗ ਹੋ ਜਾਏਗੀ, 2 ਲੇਨ ਨੂੰ ਛੱਡ ਕੇ ਜਿਨ੍ਹਾਂ ਨੇ ਟੈਗ ਨਹੀਂ ਲਵਾਇਆ, ਜਿਹੜੇ ਬੰਦੇ ਕਹਿੰਦੇ ਵੀ ਅਸੀਂ ਡਬਲ ਪੇਮੈਂਟ ਕਰਕੇ ਲੰਘਣਾ ਚਾਹੁੰਦੇ ਹਾਂ, ਉਹਨਾਂ ਲਈ 2 ਲੇਨ ਛੱਡ
ਸਾਡੇ ਪੰਜਾਬੀ ਕਿਤੇ ਵੀ ਹੈਗੇ ਆ ਜਿਹਨੇ ਗੱਡੀ ਚਲਾਉਣੀ ਹੈਗੀ ਉਹ ਆਪਣਾ ਫਾਸਟੈਗ ਆਪਣਾ ਬਣਾ ਲੈਣ। ਬਿਲਕੁਲ ਜੀ, ਮੈਂ ਨਰੇਸ਼ ਸ਼ਰਮਾ, ਪ੍ਰੋਪਰਾਈਟਰ ਆਰ ਕੇ ਮੋਟਰਸ, ਨੀਅਰ ਦੇਸ਼ ਭਗਤ ਯਾਦਗਾਰ ਹਾਲ, ਬੀ ਐਮ ਸੀ ਚੌਂਕ ਜਲੰਧਰ, ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਰਿਕੁਐਸਟ ਕਰਦਾ ਹਾਂ, ਪਲੀਜ਼ ਇਸ ਫਾਸਟੈਗ ਨੂੰ ਹਰ ਵਹੀਕਲ 'ਤੇ ਜ਼ਰੂਰ ਲਗਾਓ, ਕਿਉਂਕਿ ਇਹ ਇਸ ਵੇਲੇ ਬਹੁਤ ਜ਼ਰੂਰੀ ਕਰਤਾ, ਕਿਉਂਕਿ ਇਹ ਪੋਲਿਊਸ਼ਨ ਇੰਨਾ ਵੱਧ ਰਿਹਾ। ਇਸ ਨੂੰ ਸੋਚ ਕੇ ਸਰਕਾਰ ਨੇ ਇਸ ਨੂੰ ਡਬਲ ਲੈਣ ਦੀ ਕੋਸ਼ਿਸ਼ ਕਰਕੇ, ਆਈ ਥਿੰਕ ਮੈਂ ਇਸ ਵੇਲੇ ਇੰਨਾ ਮੇਰੇ ਆਫਿਸ ਦੇ ਵਿੱਚ ਟੈਕਸ ਲੈਣ ਦੇ ਲੋਕਾਂ ਦਾ ਰਸ਼ ਲੱਗਿਆ ਹੋਇਆ, ਮੈਂ ਨਹੀਂ ਚਾਹੁੰਦਾ ਵੀ ਕੋਈ ਬੰਦਾ ਡਬਲ ਪੇ ਕਰਕੇ ਜਾਵੇ। ਸਰਕਾਰ ਨੇ ਕੋਈ ਟੋਲ ਨਹੀਂ ਵਧਾਇਆ, ਕੁਛ ਨਹੀਂ ਕੀਤਾ, ਸਰਕਾਰ ਨੇ ਪਲੈਂਟੀ ਵਧਾਈ ਹੈ। ਸੋ ਮੈਂ ਹੱਥ ਜੋੜ ਕੇ ਆਪਣੇ ਭਰਾਵਾਂ ਵੀਰਾਂ ਭੈਣਾਂ ਨੂੰ ਰਿਕੁਐਸਟ ਕਰਦਾ, ਪਲੀਜ਼ ਜਿੰਨੀ ਜਲਦੀ ਹੋ ਸਕੇ ਮੇਰੇ ਆਫਿਸ ਆਓ ਅਤੇ ਮੈਂ ਤੁਹਾਨੂੰ ਸੇਵਾ ਦਾ ਦਊਂਗਾ। ਉਸ ਦੇ ਵਿੱਚ ਕੀ ਅਤੇ ਤੁਹਾਨੂੰ ਕੋਈ ਵੀ ਆਲ ਓਵਰ ਇੰਡੀਆ ਜਾਣ ਵੇਲੇ ਕਿਤੇ ਵੀ ਪ੍ਰੋਬਲਮ ਨਹੀਂ ਆਏਗੀ, ਉਹ ਤੁਹਾਨੂੰ ਲਾਈਨ 'ਚ ਨਹੀਂ ਲੱਗਣਾ ਪਏਗਾ। ਪ੍ਰੋਮਿਸ ਆ ਵਿਦ ਇਨ 10 ਸੈਕਿੰਡਸ ਦੇ ਵਿੱਚ ਤੁਹਾਡੀ ਗੱਡੀ ਟੋਲ ਤੋਂ ਬਾਹਰ ਹੋ ਜਾਏਗੀ। ਨਾਲ ਉਹ ਇੱਕ ਫਾਇਦਾ ਇਹ ਹੈਗਾ ਜਿਹੜਾ 5-7 ਮਿੰਟ ਜਿਹੜਾ ਪੈਟਰੋਲ ਵੇਸਟ ਹੁੰਦਾ ਸੀ ਜਾਂ ਡੀਜ਼ਲ, ਉਹ ਵੀ ਨਹੀਂ ਹੋਏਗਾ, ਉਹ ਫਾਇਦਾ ਵੀ ਹੋ ਜਾਏਗਾ ਲੋਕਾਂ ਦਾ। ਸਰ ਇੱਦਾਂ ਸੀ ਜਿਹੜੀ ਪਿਛਲੀਆਂ ਗੱਡੀਆਂ ਲੱਗੀਆਂ ਸੀ 20-20 ਮਿੰਟ ਖੜਦੀਆਂ ਸੀ, 20 ਮਿੰਟਸ। ਅੱਛਾ, ਪਹਿਲੀ ਗੱਡੀ ਤਾਂ 3 ਮਿੰਟ ਲੱਗਦੇ ਹੈ, ਉਹ ਤਾਂ ਪਿਛਲੀ 9, 6, 12, 15 ਜਿਹੜੀ 6ਵੀਂ ਗੱਡੀ ਖੜੀ ਸੀ ਉਹਨੂੰ 20-25 ਮਿੰਟ ਖੜਨਾ ਪੈਂਦਾ ਸੀ। ਹੁਣ ਕੀ ਹੈ, ਵਿਦ ਇਨ 10 ਸੈਕਿੰਡ ਸਾਡੀ ਪੂਰੀ ਕੋਸ਼ਿਸ਼, 10 ਸੈਕਿੰਡ 'ਚ ਗੱਡੀ ਆਊਟ ਹੋਣੀ ਚਾਹੀਦੀ ਹੈ। ਚਲੋ, ਬਹੁਤ ਬਹੁਤ ਮਿਹਰਬਾਨੀ, ਬੜੀ ਅੱਛੀ ਜਾਣਕਾਰੀ ਦਿੱਤੀ, ਮੈਨੂੰ ਉਮੀਦ ਹੈ ਲੋਕ ਇਹਦਾ ਫਾਇਦਾ ਉਠਾਉਣਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਜੀ, ਧੰਨਵਾਦ।